ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਚੋਟੀਆਂ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ। ਵੀਰ ਸੋਨੂ ਕੋਲ ਆਇਆ ਦੋਸਤੋ, ਪਸ਼ੂ ਵਪਾਰ ਦਾ ਕਿੱਤਾ ਵੇਰਦਾ ਅਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਇਸ ਕਿੱਲੇ ਦੇ ਉੱਪਰ। 8-7 ਨਗ, 8-10 ਨਗ ਆਪਾਂ ਤੁਹਾਨੂੰ ਦੋਸਤੋ ਦਿਖਾਈ ਦੇ ਆ ਜਦੋਂ ਵੀ ਆਪਾਂ ਇਸ ਘਰੋਂ ਵੀਡੀਓ ਪਾਈ ਦੀ ਆ। ਅੱਜ ਇਸ ਕਵਰ ਦੇ ਵਿੱਚ ਦੋਸਤੋ ਟੋਟਲ 8 ਪਸ਼ੂ ਤੁਹਾਨੂੰ ਦਿਖਾਉਣੇ ਆ, 2 ਮੱਝਾਂ ਗੱਭਣ ਅਤੇ 6 ਸੂਈਆਂ। ਤੇ ਸੂਆ ਦੋਸਤੋ ਬਿਲਕੁਲ ਤਾਜ਼ਾ, ਤਾਜ਼ੀਆਂ ਸੂਈਆਂ ਨੇ, ਬਾਕੀ ਪ੍ਰੋਪਰ ਬੱਚੇ ਬੁੱਚੇ ਤੁਸੀਂ ਇਹ ਸਾਹਮਣੇ ਵੀ ਦੇਖ ਰਹੇ ਜੀ, ਠੀਕ ਹੈ ਜੀ। ਤੇ ਇਕੱਲੇ ਇਕੱਲੇ ਪਸ਼ੂ ਦਾ ਜਿਹੜਾ ਬੱਚਾ ਹੋਇਆ ਦੋਸਤੋ ਵੀ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿਆਂਗੇ, ਪੂਰਾ ਵੇਰਵਾ ਪਾਈ ਚੱਲਾਂਗੇ ਨਾਲ ਦੀ ਨਾਲ। ਧਰਮਕੋਟ ਜੀਰੇ ਤੇ ਕੋਟੀ ਸੇਖਾਂ ਤੋਂ ਦੋਸਤੋ ਕੋਈ 18-18, 17-17 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ। ਤੇ ਜੋਗੇ ਵਾਲਾ ਤਕਰੀਬਨ ਇੱਥੋਂ 5 ਕਿਲੋਮੀਟਰ ਦੀ ਦੂਰੀ ਆ, ਮਖੂ ਵੀ ਕੋਈ 13-14-14-15 ਕਿਲੋਮੀਟਰ ਦੀ ਦੂਰੀ ਤੇ ਆ। ਆਓ ਕਰਦੇ ਹਾਂ ਗੱਲਬਾਤ ਵੀਰ ਸੋਨੂੰ ਦੇ ਨਾਲ। ਸਭ ਤੋਂ ਪਹਿਲਾਂ ਸੋਨੂੰ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ, ਠੀਕ ਠਾਕ ਮਹਾਰਾਜ ਜੀ? ਹਾਂ ਠੀਕ ਠਾਕ, ਵਧੀਆ, ਤੁਸੀਂ ਸੁਣਾਓ ਜੀ? ਬਹੁਤ ਵਧੀਆ, ਬਹੁਤ ਵਧੀਆ ਸੋਨੂੰ ਵੀਰ। ਸੰਧੂ ਸਾਹਿਬ, ਆਪਣੇ ਕੋਲ 6 ਸੂਈਆਂ, 2 ਗੱਭਣਾਂ ਜੀ। ਅੱਛਾ ਜੀ, ਇਹ ਝੋਟੀਆਂ, ਬਾਕੀ 4-5 ਠੀਕ ਹੈ ਜੀ, ਸਾਰੀਆਂ ਤਾਜ਼ੀਆਂ ਸੂਈਆਂ ਬੋਲੇ ਤੇ। ਠੀਕ ਹੈ ਜੀ, ਠੀਕ। ਹਾਂ, ਵੈਸੇ ਜ਼ਿਆਦਾਤਰ ਮਾਲ ਆਪਣੇ ਕੋਲ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ, ਮੈਨੂੰ ਲੱਗਦਾ ਵੀ ਜ਼ਿਆਦਾਤਰ ਸੋਇਆ ਸੋਇਆ ਹੀ ਲੈ ਕੇ ਖੁਸ਼ ਆਪਾਂ ਬਾਲਾ ਜੀ। ਠੀਕ ਹੈ ਜੀ, ਹਾਂਜੀ। ਤਾਂ ਦੋਸਤੋ, ਜ਼ਿਆਦਾ ਨਾਗ ਜਿਹੜੇ ਸੋਏ ਸੁਭਾਏ ਆ, ਮੇਰਾ ਭਰਾ ਇੱਥੇ ਆਪਦੀ 2 ਟਾਈਮ ਤਸੱਲੀ ਕਰ ਲਓ, 3 ਟਾਈਮ ਤਸੱਲੀ ਕਰ ਲਓ, ਠੀਕ ਆ ਜੀ। ਜਿੰਨਾ ਹੁਣ ਮੌਕੇ ਤੇ ਦੱਸਿਆ ਜਾਊਗਾ, ਬੌਲੇ ਦੀ ਥਾਂ ਬੌਲਾ ਤੇ ਦੁੱਧ ਦੀ ਥਾਂ ਦੁੱਧ ਤੁਸੀਂ ਨੋਟ ਕਰੀ ਜਾਇਓ, ਉਹਦੀ ਤਸੱਲੀ ਕਰ ਲਿਓ। ਹਾਂਜੀ ਸੰਧੂ ਸਾਹਿਬ, ਇੱਕ ਨਿੱਕੀ ਛੋਟੀ ਜਿਹੀ ਬੇਨਤੀ ਭਰਾਵਾਂ ਨੂੰ ਕਰ ਦਈਏ, ਵੀ ਇੱਥੇ ਚੋਗੇ 2 ਟਾਈਮ ਵੇਖ ਲੈਣ, 3 ਟਾਈਮ ਲੱਗ ਵੇਖ ਲੈਣ, ਜਿਹਨੂੰ ਚੰਗੀ ਲੱਗਦੀ ਲੈ ਜਾਏ, ਜਿਹਨੂੰ ਚੰਗੀ ਲੱਗਦੀ ਨਾਲ ਜਾਵੇ, ਠੀਕ ਆ ਜੀ। ਬਾਅਦ ਚ ਆਪਾਂ ਨਹੀਂ ਲਾਵਾਂ ਲੈਣਾ, ਠੀਕ ਆ ਵੀਰ ਜੀ? ਹਾਂ, ਦੁੱਧ ਗਾਂ ਅਗਲੇ ਦੀ ਸੇਵਾ, ਆਪਣੇ ਥਣਾਂ ਦੀ ਗਰੰਟੀ ਪਿੱਛੇ ਦੀ, ਜਿਹੜੀ ਆਨਲਾਈਨ ਕੱਲਾਂ ਗਈ ਹੁੰਦੀ, ਆਪਣੀ 2 ਦਿਨਾਂ ਦੀ ਗਰੰਟੀ, ਠੀਕ ਆ ਜੀ? ਬਿਲਕੁਲ ਜੀ, ਠੀਕ ਆ ਜੀ। ਗਾਂ ਅਗਲੇ ਦੀ ਇੱਕ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਰੰਟੀ ਨਹੀਂ ਹੁੰਦੀ ਹੈ ਚੀਜ਼ ਦੀ, ਪਹਿਲਾਂ ਤਸੱਲੀ ਕਰ ਲਓ ਪੈਸੇ ਗਿਣਾਉਣ ਤੋਂ। ਹਾਂ, ਪੈਸੇ ਗਿਣਾਉਣ ਤੋਂ ਅਸੀਂ ਕਿਹੜਾ ਆਪਾਂ ਵੀ ਧੱਕੇ ਨਾ ਆਪਾਂ ਕਿਸੇ ਤੋਂ ਪੈਸੇ ਲੈਂਦੇ ਹਾਂ, ਠੀਕ ਆ ਜੀ? ਹਾਂ, ਵੀ ਅਗਲਾ ਆਪਦੀ ਮਰਜ਼ੀ ਕਰੇ, ਜੇ ਚੰਗੀ ਲੱਗਦੀ ਲੈ ਜੇ, ਨਹੀਂ ਚੰਗੀ ਲੱਗਦੀ ਰਹਿਣ ਦੇ, ਠੀਕ ਆ ਜੀ? ਹਾਂ, ਕੋਈ ਧੱਕਾ ਨਹੀਂ ਆਪਾਂ ਨੂੰ ਕਿਸੇ ਨਾਲ, ਠੀਕ ਆ ਵੀਰੇ? ਹਾਂ, ਤੁਸੀਂ ਜ਼ਰੂਰੀ ਤੁਸੀਂ ਨੋਟ ਕਰ ਲਿਓ। ਤੇ ਤੁਹਾਨੂੰ ਪਹਿਲੇ ਨੰਬਰ ਤੇ ਇੱਕ ਸੰਸਲ ਝੋਟੀ ਆ, ਦੂਜਾ ਸੂਆ, ਦੂਜਾ ਸੂਆ ਸੂਈ ਆ ਜੀ। ਹਾਂ, ਇੱਕ ਹਫ਼ਤੇ ਦੀ ਸੰਸਲ ਸੂਈ ਆ, ਲਓ ਜੀ, ਹਫ਼ਤੇ ਦੀ ਸੂਈ ਆ, ਬੱਚਾ ਮਗਰ ਮਗਰ ਬੱਚਾ ਜੀ ਕੱਟਾ ਜਾਂਦੇ ਮਗਰ ਕੱਟਾ, ਠੀਕ ਆ ਜੀ। ਦੂਜਾ ਸੂਆ ਝੋਟੀ ਆ ਦੋਸਤੋ, ਹਫ਼ਤੇ ਦੀ ਸੂਈ ਆ। ਤੇ ਤੁਹਾਨੂੰ ਵੀਰ ਹੁਣ ਦੁੱਧ ਹੀ ਆ, ਦੁੱਧ ਕਿੰਨਾ ਕਰ? ਸੰਧੂ ਸਾਹਿਬ, ਜਿਹੜਾ ਸਹੀ ਵੀ ਜਾਂਦੇ ਥੱਲੇ ਦੁੱਧ 10 ਕਿਲੋ ਚਵਾ ਕੇ ਦੇਵਾਂਗੇ, 10 ਕਿਲੋ ਜੇ ਆਨਲਾਈਨ ਕਰਾਂਗੇ ਤੇ 9 ਤੇ ਕਰਾਂਗੇ, ਠੀਕ ਆ ਜੀ? ਚਵਾਈ ਇਹਨੂੰ ਲੱਗੀ ਇਹੋ ਜੀ, ਕਿਸੇ ਮਹਿਣ ਨੂੰ ਲੱਗੀ ਨਾ ਹੋਊਗੀ। ਲਓ ਜੀ, 10 ਕਿਲੋ ਦੋਸਤੋ, ਵੈਸੇ ਦੁੱਧ ਆ, 9 ਕਿਲੋ ਤਸੱਲੀ ਆ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਦਾ। ਤੇ ਹਫ਼ਤੇ ਖੰਡਕ ਦੀ ਅਜੇ ਸੂਈ ਆ, ਦੂਜਾ ਸੂਬਾ ਝੋਟੀ। ਬਾਕੀ ਕੱਦ ਹਾਈਟ ਜਿਹੜੀ ਦੋਸਤੋ ਕੋਈ ਵੀਰ ਮੀਡੀਅਮ ਮੰਨ ਲਏ, ਠੀਕ ਹੈ ਜੀ। ਬਾਕੀ ਪਲੀ ਜੰਮੀ ਚੰਗੀ ਆ, ਸੰਸਾ ਚਵਾ ਤੇ ਥਣ ਵਿਖਾਓ ਮੜੇ ਜਾਂਦੇ। ਲਓ ਜੀ, ਬਾਲੀ ਚਵਾਈ ਚੰਗੀ ਆ, ਇਹ ਨਹੀਂ ਆਪਾਂ ਦੱਸਣਾ ਕਿੱਧਰ ਦੀਆਂ ਜੀ, ਕਿੰਨਾ ਦੁੱਧ ਦੇਣੀ ਆ, ਆਪੇ ਅਗਲਾ ਹਿਸਾਬ ਲਾਵੇ ਜੀ। ਬਿਲਕੁਲ ਜੀ, ਬਿਲਕੁਲ, ਠੀਕ ਆ ਜੀ। ਮਗਰ ਕੱਟਾ ਗਿਆ ਜੀ ਤੇ? ਹਾਂਜੀ, ਮਗਰ ਕੱਟਾ ਸੰਸਾ। ਲਓ ਜੀ, ਆਹੋ ਇਹੋ ਹੀ ਮੇਲ ਕਰ, ਨਹੀਂ ਨਹੀਂ ਇਹ ਆ ਜਿਹੜਾ ਅਗਲਾ। ਲਓ ਜੀ, ਆਹ ਕੱਟਾ ਦੋਸਤੋ, ਆਹ ਦੇਖੋ, ਇੱਕੋ ਜਿਹੇ ਬੱਚੇ ਆ ਵੈਸੇ ਸਾਰੇ, ਆਹ ਮਗਰ ਕੱਟਾ, ਠੀਕ ਆ ਜੀ। ਹਫ਼ਤੇ ਕਿਹਦਾ ਸੂਆ ਤੇ 9 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਬਿਲਕੁਲ ਹਾਜ਼ਰ ਹੈਗਾ। 10 ਸੰਧੂ ਸਾਹਿਬ, ਆਪਾਂ 9 ਦੇਵਾਂਗੇ ਚਵਾ ਕੇ, ਤੱਕ ਥੋੜੀ ਜਿਹੀ ਗਾਂਹ ਨੂੰ ਨਾ ਸੁਣ। ਹਾਂਜੀ, ਤੱਕ ਚਵਾ ਬਹੁਤ ਵਧੀਆ, 1 ਨੰਬਰ, ਠੀਕ ਹੈ ਜੀ, ਠੀਕ ਹੈ। ਇਹ ਪੋਲੀ ਇਹ ਚਵਾਈ, ਬੜੀ ਚਵਾਈ ਕਰਮ ਵਾਲੀ ਹੁੰਦੀ, 11-12 ਕਿਲੋ ਦੁੱਧ ਦਊਗੀ, ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਤਾਂ ਦੱਸੋ ਚਵਾਈ ਦੀ ਪੋਲੀ ਆ, ਇੱਧਰ ਦੇਖੋ ਜੀ, ਖਾਣ ਖਾਓ ਥੋੜਾ ਜਿਹਾ ਅੱਗੋਂ ਤੁਹਾਨੂੰ ਦਿਖਾ ਦਿੰਦੇ ਹਾਂ, ਥੋੜੀ ਜਿਹੀ ਗਾੜ ਧੱਕ ਜਿਹੜੀ ਆ ਗਾਂਹ ਨੂੰ। ਆਹ ਦੇਖੋ, ਤੋ ਲੰਬਾ ਥਾਣਾ ਦੋਸਤੋ, ਦੇਖੋ ਦੋਹਰਾ ਥਾਣਾ ਲੱਗਾ ਕਰਮਾਲੀ ਨੂੰ, ਠੀਕ ਹੈ ਜੀ। ਦੂਜਾ ਸੂਆ ਇਹ ਝੋਟੀ ਸੂਈ ਆ, ਬਾਕੀ ਫੇਸ ਫੂਸ ਕੁਆਲਿਟੀ ਬੜੀ ਚੰਗੀ ਆ, ਛੋਟੀ ਸਿੰਗੀ ਪਤਲਾ ਫੇਸ। ਆਹ ਦੇਖੋ, ਤੇ ਵੀਰੇ ਸੋਨੂੰ ਲੈਣ ਦੇਣ ਦੀ ਗੱਲ, ਸਭ ਲੋਕ ਤਾਂ ਮੁੱਲ ਸਵਾ ਸਵਾ ਕਰਦੇ, 1-20 ਕਰਦੇ, ਆਪਾਂ 1-20 ਵੀ ਨਹੀਂ, 1-10 ਨਹੀਂ, 1-6 ਦੀ ਦੇਣੀ ਹੈ ਜੀ, 1-6 ਦੀ। ਹਾਂਜੀ, ਛੋਟ ਕਰਨੀ ਉਹਦੇ 'ਚ,
ਠੀਕ ਹੈ ਜੀ। ਹਾਂਜੀ ਔਰ ਤੁਸੀਂ 1,06,000 ਦੀ ਤੁਹਾਨੂੰ ਝੋਟੀ ਮਿਲ ਜੂਗੀ, ਦੂਜਾ ਸੂਆ 100 ਰੁਪਇਆ ਛੋਟ ਕਰਨੀ ਵੀਰ ਨੂੰ, ਕੋਈ ਆਣ ਕੇ ਨਾ ਵੀ ਟਾਈਮ ਆਪਦਾ ਖਰਾਬ ਕਰੇ ਨਾ ਸਾਡਾ ਕਰੇ, ਠੀਕ ਹੈ। ਇਸ ਤੋਂ ਬਾਹਰ ਨਹੀਂ ਕੋਈ ਜਾਏਗੀ, 100 ਵੀ ਇੱਕ ਛੋਟ ਕਰਨੀ ਹੈ, ਠੀਕ ਹੈ। ਇਹ ਵੀ ਨਹੀਂ ਦੱਸਣਾ ਕਿੱਧਰ ਦੀਆਂ, ਆਪੇ ਅਗਲਾ ਨੇ ਤਾਜ਼ਾ ਲਾਇਆ ਵੀ ਕਿੰਨਾ ਦੁੱਧ ਦੇਣਗੀਆਂ, ਆਪਾਂ ਅਗਲੇ ਨੇ 10 ਵੀ ਦੇ, 15 ਦੇਣਗੀਆਂ, ਉਹ ਅਗਲੇ ਦੀ ਸੇਵਾ ਦਾ ਦੁੱਧ ਦੱਸਣ ਸਾਹਿਬ, ਅਗਲਾ ਸਾਨੂੰ ਬੁਲਾਵਾ ਪਾ ਪੈਂਦਾ ਵੀ ਯਾਰ ਇਹਨੇ 15 ਦਿੱਤਾ ਨੀਗਾ, ਸਹੀ ਹੈ, ਠੀਕ ਹੈ ਜੀ। ਦੁੱਧ ਦਾ ਸੇਵਾ ਦਾ, ਹਾਂ ਦੁੱਧ ਸੇਵਾ ਦਾ, ਹੁਣ ਜਿੰਨਾ ਮੌਕੇ ਤੇ ਦੱਸੋਗੇ ਉਹਨਾਂ ਚ ਉਹਨਾਂ ਚਵਾ ਕੇ ਦੇਵਾਂਗੇ ਇਹ, ਜੇ ਕਿਸੇ ਚੰਗੀ ਲੱਗੇ ਲੈ ਜੇ ਵੀਰ ਨੂੰ, ਨਹੀਂ ਚੰਗੀ ਲੱਗਦੀ ਸਾਨੂੰ ਕੋਈ ਗੁੱਸਾ ਨਹੀਂ, ਠੀਕ ਹੈ ਜੀ, ਠੀਕ ਹੈ ਜੀ। ਹਾਂਜੀ ਤਾਂ ਤੁਹਾਨੂੰ ਅੱਗੇ ਵੀਰੇ ਸੈਕੰਡ ਦੂਜਾ ਸੋਆ ਝੋਟੀ ਸੰਧੂ ਸਾਹਿਬ 12 ਕਿਲੋ ਦੁੱਧ ਆਪਣੀ 11 ਦੀ ਗਰੰਟੀ, ਝੋਟੀ ਇਹ ਵੀ ਚੰਗੀ ਹੈ, ਮੈਂ ਨਾ ਸਿਰੇ ਦੀ ਝੋਟੀ ਆ ਜੀ, ਸਾਈਜ਼ ਵੀ ਪੂਰੀ, ਮੈਂ ਕਿਹਾ ਟੌਪ ਦੀਆਂ ਚਵਾਈ 1 ਨੰਬਰ ਆ ਜੀ, ਝੋਟੀ ਵੇਖੋ ਸਿੰਗੀ ਸੁੰਗੀ ਇਹਦੀ ਵੀ ਕਮਾਲ ਦੀ ਆ, ਬਿਲਕੁਲ ਛੋਟਾ ਸਿੰਗ ਆ ਤੇ ਗੁਲਾਈ ਦੇ ਵਿੱਚ ਸਿੰਗ ਵੇਖੋ ਤੁਸੀਂ ਕਿਵੇਂ ਮੁੜਿਆ, ਦੁੱਧ 12 ਕਿਲੋ ਉੱਪਰ ਆਪਾਂ 11 ਨਾਲ ਭੇਜਾਂਗੇ ਇਹਨੂੰ, ਠੀਕ ਹੈ। ਅੱਛਾ ਸੋਨੂੰ ਵੀਰੇ ਇਹ ਤਾਂ ਦਿਨ ਵੀ ਦੱਸ ਦਿਆ ਕਿੰਨੇ ਹੋਏ ਸੀ, ਦਿਨ ਇੱਕ 10 ਦਿਨ ਲਾ ਲਓ ਸੰਧੂ ਸਾਹਿਬ ਹੋ ਗਏ, 10 ਕੁ ਦਿਨ ਮਗਰ ਕੱਟਾ, ਮਗਰ ਕੱਟਾ ਜੀ, ਆਓ ਜੀ ਮਗਰ ਕੱਟਾ ਦੋਸਤੋ 10 ਕੁ ਦਿਨਾਂ ਦੀ ਸੂਈ ਆ, ਤੇ ਸੂਆ ਦੋਸਤੋ ਦੂਜੇ ਇਹਨਾਂ ਕੱਟੀਏ, ਹਾਂਜੀ ਦੂਜੇ ਸੂਏ ਦੋਸਤੋ, ਦੂਜੇ ਸੂਏ ਝੋਟੀ ਆ, ਠੀਕ ਆ ਜੀ। ਕਮਾਲ ਦੀ ਤਾਂ ਬੇਸ਼ੱਕ ਭੁਲੇਖਾ ਪੈਂਦਾ, ਪਹਿਲਾਂ ਨੇ ਝੋਟੀ ਆ ਪਰ ਹੈ ਦੂਜੇ ਆ, ਆਹ ਦੇਖੋ ਛੋਟੀ ਸਿੰਗੀ ਮੂੰਹ ਛੱਗੀ ਆ ਸੰਧੂ ਸਾਹਿਬ ਜੀ, ਠੀਕ ਹੈ ਜੀ। ਤਾਂ ਤੁਸੀਂ ਇਹ ਮਗਰ ਕੱਟਾ, ਠੀਕ ਹੈ ਜੀ, ਆਹ ਮਗਰ ਕੱਟਾ, ਨੌ ਕੇ 10 ਦੱਸੇ 10 ਸੰਧੂ ਸਾਹਿਬ, 12 ਆਪਾਂ 11 ਚੁਆ ਕੇ ਦੇਣਾ, ਠੀਕ ਹੈ ਜੀ, ਠੀਕ ਹੈ ਜੀ। ਤਾਂ ਦੋਸਤੋ 11 ਕਿਲੋ ਦੁੱਧ ਆ ਝੋਟੀ ਦੇ ਥੱਲੇ, ਤੋ ਕਾਫੀ ਸੋਹਣਾ ਦੁੱਧ, ਚੰਗੇ ਦੁੱਧ ਤੇ ਦੋਸਤੋ ਚੜ੍ਹਨਾ ਜਿਹੜਾ ਕਰਮਾਲੀ ਨੇ ਸ਼ੁਰੂ ਕੀਤਾ, ਥੋੜੇ ਕੁ ਦਿਨਾਂ ਦੀ ਅਜੇ ਸੂਈ ਆ, ਬਾਕੀ ਥਣ ਦੇ ਵਾ ਤੁਸੀਂ ਵੇਖੋ, ਬਿਲਕੁਲ ਜਿਹੜਾ ਦੋਸਤੋ ਅੱਗੇ ਤੇ ਬੈਕ ਸਾਈਡ ਬਿਲਕੁਲ ਪੱਟਾਂ ਦੇ ਸੰਨ ਦੇ ਵਿਚਕਾਰ ਲੇਵੇ ਦੀ ਜਿਹੜੀ ਆ ਉਹ ਬਣਤਰ ਤੁਸੀਂ ਆ ਵੇਖ ਰਹੇ ਜੇ ਸਾਹਮਣੇ ਤੋਂ, ਆ ਦੇਖ ਚਵਾ ਫਸਮਾ ਜਿਹੜੀ ਉਹ ਵੀ ਦੋਸਤੋ ਚੰਗੀ ਆ, ਤੁਹਾਨੂੰ ਦੱਸ ਹੀ ਦਿੱਤਾ ਵਿੱਚ ਵੀਡੀਓ ਸੰਧੂ ਸਾਹਿਬ, ਚਵਾ ਫਸਮਾ ਤੋਂ ਨਹੀਂ ਕੋਈ ਛੱਡ ਕੇ ਜਾਣਾ ਆਪਣੀ ਮੱਝ, ਦੁੱਧ ਚੰਗਾ ਖਾਸਾ ਸੋਨੂੰ, 11 ਲੀਟਰ ਦੁੱਧ ਮੈਂ ਕਿਹਾ ਤੋਲ ਕੇ ਦੇਣਾ 11 ਕਿਲੋ, ਗਰਮੀ ਚ ਦੁੱਧ ਦੇਣਾ ਝੋਟੀ ਥੱਲੇ, ਹਾਂਜੀ ਦੁੱਧ 14 ਵੀ ਦੇ ਸਕਦੀ, 15 ਵੀ ਦੇ ਸਕਦੀ, ਆਪਦੀ ਸਮਝ ਕਰੇ, ਠੀਕ ਹੈ ਜੀ। ਹਾਂ ਇਹ ਤਾਂ ਹੁਣ ਆਪਾਂ ਗੱਲ ਕਹਿਣੀ ਨਹੀਂ ਸੰਧੂ ਸਾਹਿਬ ਕਿਸੇ ਨੂੰ, ਇਹ 17 ਦੇਗੀ ਜਾਂ 18 ਦੇਗੀ, ਦੁੱਧ ਸੰਧੂ ਸਾਹਿਬ ਅਗਲੀ ਸੇਵਾ ਦਾ, ਠੀਕ ਹੈ ਜੀ, ਦੁੱਧ ਸੇਵਾ ਦਾ, ਹਾਂਜੀ। ਲਓ ਵੀ ਦੋਸਤੋ ਫਿਲਹਾਲ ਜਿੰਨਾ ਦੱਸਿਆ ਜਾਊਗਾ ਉਹਨਾਂ ਤੁਸੀਂ ਚੋਣਾ, ਤੇ ਸੋਨੂੰ ਵੀਰ ਦਏ ਦੀਆਂ ਕਿੰਨੇ ਦੀ ਆਪਾਂ ਸੰਧੂ ਸਾਹਿਬ, ਮੁੱਲ ਭਾਵੇਂ 1-20 ਕਰਾ ਲਓ, ਭਾਵੇਂ 1-15, 1-12 ਦੀ ਦੇਣੀ ਹੈ, 1-12 ਦੀ, ਹਾਂ ਉਹਦੇ 500 ਰੁਪਇਆ ਛੋਟ ਕਰਨੀ, ਅੱਛਾ 11.5 ਦੀ ਚੰਗੀ ਲੱਗਦੀ ਫੋਨ ਕਰ ਲੈ, ਨਹੀਂ ਚੰਗੀ ਲੱਗਦੀ ਰਹਿ ਜਾਂਦੀ, ਠੀਕ ਹੈ ਠੀਕ ਹੈ ਜੀ। ਹਾਂ ਠੀਕ ਹੈ ਦੋਸਤੋ, 1-11 ਦੀ ਜਿਹੜੀ ਇਹ ਹਾਂ ਨਾ ਹੁੰਦੀ ਹੈ, ਬਾਕੀ ਚੌੜਾ ਪਿੱਠ ਪੂੜਾ, ਹਾਈਟ ਸੋਹਣੀ ਆ, ਆਮ ਨੋਰਮਲ ਜਿਹੜੀਆਂ ਮੱਝਾਂ ਦੋਸਤੋ ਇਸੇ ਹਾਈਟ ਕੱਦ ਵਿੱਚ ਆ, ਨਾ ਇੱਥੇ ਮੇਰਾ ਵੀਰ ਆਪਾਂ ਕਿਸੇ ਨੂੰ ਕਹਾਂਗੇ ਬਾਹਲੀ ਵੱਡੀ ਆ, ਨਾ ਛੋਟੀ ਆ, ਵਿਚਲਾ ਮੇਲ ਆ, ਝੋਟੀ ਚੰਗੀ ਆ, ਮੂੰਹ ਮੱਥੇ ਲੱਗਦੀ ਆ, ਵੈਸੇ ਵੇਖੋ ਤੁਸੀਂ ਸਕੀਨੀ ਵਾਲੇ ਪਾਸਿਓ ਬਿਲਕੁਲ ਛੋਟੀ ਸਿੰਗੀ ਆ, ਸੰਧੂ ਸਾਹਿਬ ਠੰਡੀਆਂ ਤੇ ਚਵਾਈ 1 ਨੰਬਰ ਆਈ, ਠੀਕ ਹੈ ਜੀ, ਠੀਕ ਆ ਜੀ। ਅੱਗੇ ਵੀਰ ਆ ਬੱਚਾ ਸੀ ਨਾ, ਹਾਂਜੀ ਇਹਦਾ ਬੱਚਾ ਸੰਧੂ ਸਾਹਿਬ, ਬਾਬੀ ਆ ਦੋਸਤੋ ਜਿਹੜੀ ਝੋਟੀ ਦਿਖਾਈ ਆ ਬੱਚਾ, ਇੱਕ ਵਾਰੀ ਤੁਸੀਂ ਤਸੱਲੀ ਨਾਲ ਦੇਖ ਲਓ ਬੈਠਾ ਆ ਬੱਚਾ, ਠੀਕ ਆ ਜੀ। ਦੂਜਾ ਸੂਆ ਸੰਧੂ ਸਾਹਿਬ 10 ਕਿਲੋ ਦੁੱਧ ਝੋਟੀ ਥੱਲੇ, ਬੋਲਾ ਆ ਕੱਟੀ ਆ, ਕੱਟੀ ਵਿਖਾਓ, ਕੱਟੀ ਜੇ ਇੱਕ ਵਾਲ ਵੀ ਕਾਲਾ ਤੇ ਮੈਂ ਦੇ ਵੀ ਨਾਲੇ, ਲਓ ਜੀ ਆ ਵਿਖਾਓ, ਬਿਲਕੁਲ ਜੈੱਡ ਬਲੈਕ ਨਾਗ ਆ ਗਿਆ ਦੋਸਤੋ, ਤੀਜੇ ਨੰਬਰ ਤੇ ਆ ਜੈੱਡ ਬਲੈਕ, ਕੱਟੀ ਆ ਮਗਰ, ਹਾਂਜੀ, ਤੇ ਮੱਝ ਵੀ ਤੁਹਾਨੂੰ ਦਿਖਾਉਣੇ ਆਪਾਂ, ਬਿਲਕੁਲ ਇੱਕ ਰੰਗ ਕਾਲੀ, ਆਹ ਵੇਖੋ ਜੀ, ਠੀਕ ਆ ਜੀ, ਜਿਹੋ ਜੀ ਮਦਰਾ ਦੋਸਤੋ ਉਹੋ ਜਿਹਾ ਬੱਚਾ, ਇੱਕ ਰੰਗ ਬਲੈਕ ਆ, ਜੈੱਡ ਬਲੈਕ ਦੋਵੇਂ ਜੋੜੀ, ਜੈੱਡ ਬਲੈਕ ਆ, ਦੂਜਾ ਸੂਆ, ਦੂਜਾ ਸੂਆ ਚਵਾਈ ਇਹੋ ਜੀ ਲੱਗੀ, ਕਾਦੀਆਂ ਗੱਲਾਂ ਕਿਸੇ ਮੈਨੂੰ ਨਹੀਂ, ਬਾਕੀ ਤੁਹਾਨੂੰ ਬਈ ਭਾਂਡਾ ਭੁੰਡਾ ਬਹੁਤ ਸੋਹਣਾ ਪਿੱਛੇ, ਮੈਂ ਕਿਹਾ ਸੰਧੂ ਸਾਹਿਬ ਚੌਣ ਤੋਂ ਤਾਂ ਪਿਛਲੀ ਵੀਡੀਓ 'ਚ ਆਖਿਆ ਵੀ ਹੁਣ ਜਾਣ ਕੇ ਅਗਲਾ ਵੇਖ ਲੇ ਵੱਡੀਆਂ ਛੋਟੀਆਂ, ਉਹ ਵੀਡੀਓ 'ਚ ਵੇਖ ਲੇ, ਚੌਣ ਤੋਂ ਨਹੀਂ ਕੋਈ ਛੱਡ ਕੇ ਜਾਂਦਾ ਵੀ ਯਾਰ ਚੱਲੇ ਚੌਣ, ਠੀਕ ਹੈ ਜੀ। ਹਾਂ ਅੱਜ ਦਿਨ 3-4 ਹੀ ਹੋਏ ਆ, ਇਹਨੂੰ 5ਵਾਂ ਗੁਣੰਗ ਹੋ ਗਿਆ ਸੰਧੂ ਸਾਹਿਬ, ਸੋਈ ਬੋਲੇ ਤੋਂ ਬਾਹਰ ਹੀ ਮੰਨੀਏ ਫਿਰ, ਹਾਂ ਬੋਲੇ ਤੋਂ ਬਾਹਰ ਹੀ ਮੰਨ ਲਓ, 10 ਕਿਲੋ ਇਸ ਟਾਈਮ ਠੰਡਾ ਆ ਇਹਨਾਂ ਥੱਲੇ, ਕਿੰਨਾ ਕਿੰਨਾ 10 ਕਿਲੋ, 10 ਕਿਲੋ, ਹਾਂ ਬਹੁਤ। ਦੋਸਤੋ ਝੋਟੀ ਵੇਖੋ, ਬੜੀ ਪਿਆਰੀ ਝੋਟੀ ਆ, ਠੀਕ ਆ ਜੀ, ਇੱਕ ਰੰਗ ਬਿਲਕੁਲ ਜੈੱਡ ਬਲੈਕ, ਸੋ ਕੱਟੀ ਵੀ ਦਿਖਾਈ ਆਪਾਂ ਤੁਹਾਨੂੰ, ਕੱਟੀ ਵੀ ਬਿਲਕੁਲ ਜੈੱਡ ਬਲੈਕ ਆ, ਜੋੜੀ ਕਮਾਲ ਦੀ,
ਚੌੜਾ ਪਿੱਠ ਤੇ ਦੂਜਾ ਸੂਆ ਝੋਟੀ ਸੂਈ ਆ 10 ਕਿਲੋ ਦੁੱਧ। ਅੱਜ ਪੰਜਵਾਂ ਦਿਨ ਆ, ਬੌਲੇ ਤੋਂ ਬਾਹਰ ਆਈ ਆ, ਕੋਈ ਵੀਰ ਕੱਚਾ ਬੌਲਾ ਮੰਨ ਲਈ। ਆਹ ਦੇਖੋ ਜੀ ਤੁਰੇ ਤਾਰਾ ਬਹੁਤ ਵਧੀਆ, ਆਰਡਰ ਬਹੁਤ ਸੋਹਣਾ ਦੋਸਤੋ, ਫਿਕਸ ਆਰਡਰ ਦੇ ਵਿੱਚ ਆ ਤੇ 11 ਲੀਟਰ ਇਸ ਵਕਤ ਜਿਹੜਾ ਦੇ ਥੱਲੇ ਹਾਜ਼ਰ। ਵੰਡ ਵੁੰਡ ਬਹੁਤ ਜ਼ਿਆਦਾ ਸੋਹਣੀ ਆਪਸੀ ਥਾਣਾਂ ਦੀ ਸਪੇਸ। ਆਹ ਦੇਖੋ ਜੀ ਸਰ ਜਿੱਡੇ ਜਿਹੜੇ ਮੋਟੇ ਥਾਣੇ ਏਡੀ ਏਡੀ ਮੋਟੀ ਚਵਾਈ ਲੱਗੀ ਜੁੜੀ। ਸੋ ਬੱਚਾ ਵੀ ਬਿਲਕੁਲ ਜੈੱਡ ਬਲੈਕ ਆ, ਹੈ ਵੀ ਮਗਰ ਕੱਟੀ ਆ। ਸੋ ਵਾਧੇ ਦਾ ਸੌਦਾ ਦੋਸਤੋ, ਕੋਈ ਵੀਰ ਹੱਥ ਪਾਉਣਾ ਚਾਹੁੰਦਾ ਤੇ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਸਕਦੇ ਹੋ। ਜੇ ਝੋਟੀ ਥਾਣਾ ਤੋਂ ਨਾਲ ਬਹੁਤ ਫੱਬਦੀ, ਵੇਖੋ ਬਿਲਕੁਲ ਛੋਟਾ ਥਾਣ, ਵਧੀਆ ਥਾਣ, ਲੰਬਾ ਮੁੱਠੀ ਥਾਣ ਤੇ 11 ਲੀਟਰ ਤੋਂ ਬਾਹਰ ਦੁੱਧ ਆ, ਪਰ 11 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲਏ ਤੇ ਸੋਨੂੰ ਵੀਰ ਇਹ ਕਿੰਨੇ ਕੁ ਦੀ ਹੁੰਦੀ ਫਿਰ? ਸਾਨੂੰ ਸਭ ਮੁੱਲ 1-10, 1-5 ਜੋ ਮਰਜ਼ੀ, 1-2 ਦੀ ਦੇਣੀ ਹੈ। 1-2 ਦੀ? ਹਾਂਜੀ 1-2 ਦੀ। ਠੀਕ ਹੈ ਜੀ। ਹਾਂ ਦੋਸਤੋ 1,00,000 ਸਾਨੂੰ ਸਭ ਆਪਾਂ ਐਤਕਾ ਤਾਂ ਨਹੀਂ ਦੱਸਣਾ ਜੀ, ਦੁੱਧ ਆਪਾਂ ਨੂੰ ਪਤਾ ਝੋਟੀਆਂ ਕਿੰਨਾ ਕਿੰਨਾ ਦੇਣਾ, ਪਰ ਜੇ ਮੁੜ ਕੇ ਸੰਸਾ ਅਗਲਾ ਸੇਵਾ ਨਹੀਂ ਕਰਦਾ ਜਾਂ ਮੈਂ ਕਈ ਕਹਿੰਦੇ ਯਾਰ ਵਪਾਰੀ ਤੁਸੀਂ ਦਾਣਾ ਜ਼ਿਆਦਾ ਪਾਉਂਦੇ, ਸੰਸਾ ਵੀ ਦਾਣਾ 5-6 ਕਿਲੋ ਮੈਨੂੰ ਪਾਉਣੇ ਆ ਜੀ। ਹਾਂ ਉਹ ਤੋਂ ਮੁਕਰ ਨਹੀਂ ਆਪਾਂ ਸਕਦੇ, ਉਹ ਤਾਂ ਆਪਾਂ ਦਾਣਾ ਪਾਵਾਂਗੇ ਤਾਂ ਦੁੱਧ। ਹਾਂ ਪਾਵਾਂਗੇ, ਕਈਆਂ ਦੇ ਯਾਰ ਤੁਸੀਂ ਦਾਣਾ ਜ਼ਿਆਦਾ ਪਾਉਂਦੇ ਜੀ, ਵੀ ਇੰਜ ਕਰਦੇ ਸੀ 5-6 ਕਿਲੋ ਦੋ ਟਾਈਮ ਸੰਸਾ ਵੰਡ ਪਾਉਣੇ ਆ ਮੈਂ ਇਹਨੂੰ, ਫਿਰ ਹੀ ਮੈਂ ਦੁੱਧ ਕੱਢ ਦਈਏ, ਵੀ ਇਹ ਇਕੱਲੇ ਤੂੜੀ ਨਾਲ ਕਿਸੇ ਮੈਂ ਦੁੱਧ ਨਹੀਂ ਦੇਣਾ, ਕਿਸੇ ਵੀਰ ਕਿਸੇ ਵਪਾਰੀ ਦੀ ਵੀ ਨਹੀਂ ਦੇਣਾ ਮੇਰਾ ਵੀਰ, ਨਾ ਐਵੇਂ ਕਿਸੇ ਵਪਾਰੀਆਂ ਨੂੰ ਕਮੈਂਟ ਗਲਤ ਕਰਿਆ ਕਰੋ, ਕਿਸੇ ਚੈਨਲ ਵਾਲੇ ਦੀ ਵੀ ਆਪਣੀਆਂ ਦੇ ਵੀ ਕਿਸੇ ਉਹ ਮਾੜੇ ਜਾਂ ਚੰਗੇ ਜਿੱਥੋਂ ਵੀ ਲੈਣੀ ਸੋਚ ਸਮਝ ਕੇ ਵੇਖ ਕੇ ਲਓ। ਠੀਕ ਆ ਜੀ, 5-6 ਕਿਲੋ ਦੋ ਟਾਈਮਾਂ ਦਾ ਦਾਣਾ ਜਾਨਵਰ ਨੂੰ ਪਾਉਣਾ ਪੈਂਦਾ ਜੀ, ਬੰਦਾ ਪੱਠਾ ਦਾ ਕਹੋ ਤਾਂ ਜਿਹੜਾ ਦੋਸਤੋ ਪੂਰਾ ਪਾਊਗਾ ਤੇ ਪਸ਼ੂ ਨੂੰ। ਹਾਂ ਫਿਰ ਦੁੱਧ ਦੇਣਾ ਕਰਮ ਵਾਲੀ, ਕਿਲੋ ਤੜਕੇ ਪਾਦਾ, ਕਿਲੋ ਦਾਣਾ ਸ਼ਾਮ ਨੂੰ ਪਾਦਾ, ਫਿਰ ਨਹੀਂ ਦੁੱਧ ਦੇਣਾ ਕਿਸੇ ਨੇ ਕਰਮ ਵਾਲੀ, ਉਹ 5-6-7। ਹਾਂ ਹਾਂਜੀ ਦੋਸਤੋ, 11 ਕਿਲੋ ਦੁੱਧ, ਕੋਈ 5-6 ਕਿਲੋ ਬੰਦਾ ਪਾਉਣਾ ਪੈਂਦਾ ਪਸ਼ੂ ਨੂੰ। ਠੀਕ ਆ ਜੀ, ਤੇ ਕੁਝ ਕਿ ਜਿਹੜਾ ਦੋਸਤੋ ਜਿਹੜਾ ਦੁੱਧ ਪ੍ਰੋਡਿਊਸ ਕਰਨ ਵਾਸਤੇ ਆ, ਕੁਝ ਬਾਕੀ ਸੰਧੂ ਸਾਹਿਬ ਇਹਨਾਂ ਕੋ ਦਲੀਆ ਨਹੀਂ ਪਿਆ ਹੁੰਦਾ, ਦਲੀਆ ਪਵੇ, ਗੁੜ ਪਵੇ, ਮੈਲਾ ਮੂਲਾ ਸੁੱਟਣ ਮਈ ਆਪੇ ਦੁੱਧ ਵਧਦੀਆਂ ਜਾ ਕੇ। ਠੀਕ ਆ ਜੀ, ਬਿਲਕੁਲ ਜੀ, ਹਾਂ ਮੈਲੇ ਮੂਲੇ ਤੋਂ ਚੱਲਣਾ ਹੈ, ਚੱਲਣ ਵਾਲੀਆਂ ਤਾਜ਼ੀਆਂ ਮਈ ਸਾਰੀਆਂ ਬੱਚੇ ਦੇ ਨਾੜੂ। ਆ ਤੀਜੇ ਦਿਨ ਦੀ ਸੂਈ ਸੰਸਵ ਝੋਟੀ ਨੀਲੀ ਰਾਵੀ ਦੀ ਕੱਟੀ ਦਿੱਤੀ ਪਿਓਰ ਨੇ ਦੋਸਤੋ, ਮਗਰ ਕੱਟੀ ਆ ਨੀਲੀ ਰਾਵੀ ਦੇ। ਹਾਂਜੀ ਤੀਜਾ ਦਿਨ ਆਜ ਸੂਈ ਸੀਮਨ ਤੋਂ ਬਣੀ ਆ, ਕਰਮ ਵਾਲੀ ਕੱਟੀ ਬਹੁਤ ਸੋਹਣੀ ਪਾਈ ਆ, ਕੱਟੀ ਮਗਰ ਨੀਲੀ ਰਾਵੀ ਦੇ ਵਿੱਚ ਆ। ਤੀਜਾ ਸੂਆ? ਹਾਂ ਤੀਜਾ ਸੂਆ, ਕੱਦ ਕਾਠ ਬੇਲ ਵਿਖਾਓ ਕਿੱਡੀ ਚੌੜੀ ਚੌੜੀ, ਵੇਖੋ ਤੁਸੀਂ ਇੱਕ ਮਾਲੇ ਚਵਾਈ ਲੱਗੀ, ਇੱਕ ਨੰਬਰ ਸੰਸਾ ਪੂਰੀ ਜੰਮੀ ਪਲੀ ਆ, ਫੁੱਲ ਵਜਨ ਨੋੜ ਵਾਲੀ ਆ, ਸੋਹਣਾ ਕੱਦ ਕਾਠ ਆ, ਵੱਡੇ ਕੱਦ ਕਾਠ ਦੇ ਵਿੱਚ ਆ ਤੀਜਾ ਸੂਆ। ਇਹ ਵੀਰ ਕੋਈ ਮੱਝ ਮੰਨ ਲਈ, ਤੀਜਾ ਸੂਆ ਸੂਈ ਆ, ਕਿੰਨੇ ਕੁ ਦਿਨਾਂ ਦੀ ਦੱਸਿਆ? ਸੱਚਾ ਪਰਸੋਂ ਤੜਕੇ ਸੂਈ ਹੈ, ਪਰਸੋਂ ਦੀ? ਹਾਂਜੀ, ਮਗਰ ਕੱਟੀ ਆ, ਮਗਰ ਕੱਟੀ ਆ ਨਾੜੂ ਨਾੜੂ ਨਾਲ। ਹਾਂਜੀ ਬੱਚਾ, ਅੱਛਾ ਕਿੰਨੇ ਬੌਲੇ ਤੇ ਹੋ ਗਏ ਇਸ ਟਾਈਮ ਸੰਧੂ ਸਾਹਿਬ? ਜੇ ਝੂਠ ਵਾਲਾ ਤਾਂ ਫਿਰ 11-12, ਜਿਹੜੇ ਸਹੀ ਬੌਲਾ 9 ਕਿਲੋ। 9 ਕਿਲੋ? ਹਾਂਜੀ ਠੀਕ ਆ ਜੀ। ਹਾਂ 9 ਕਿਲੋ ਬੌਲਾ ਵੀ ਕਿਤੇ ਥੋੜਾ ਹੁੰਦਾ। ਹਾਂ ਸੰਧੂ ਸਾਹਿਬ ਜੀ, ਦੁੱਧ ਦਊਗੀ ਝੋਟੀ 13-14 ਕਿਲੋ, ਪਰ ਆਪਾਂ ਆਪਦੀ ਅੱਜ ਕੱਲ੍ਹ ਅਗਲੇ ਹੁਣ ਆਪਾਂ ਇਹੀ ਕਹਿਣਾ ਕਰਨਾ, ਆਪਦੀ ਸਮਝ ਲਾਓ ਤੁਸੀਂ। ਠੀਕ ਹੈ ਜੀ, ਤੀਜਾ ਸੂਆ ਪਰਸੋਂ ਦੀ ਸੂਈ ਆ, ਜੇ ਤੀਜਾ ਦੇਣਾ ਮਗਰ ਕੱਟੀ, ਕੱਟੀ ਤੁਹਾਨੂੰ ਦਿਖਾਉਣੇ ਆ ਨੀਲੀ ਰਾਵੀ ਦੇ ਵਿੱਚ, ਮਗਰ ਕੱਟੀ ਆ, ਕੱਟੀ ਬਹੁਤ ਪਿਆਰੀ ਆ, ਨਾੜੂਆ ਬਿਲਕੁਲ ਬੱਚੇ ਦੇ ਨਾਲ ਆ ਜੀ। ਅੱਜ ਤੀਜਾ ਦਿਨ ਕੱਟੀ ਮਗਰ ਆ, ਠੀਕ ਆ ਜੀ, ਸੂਏ ਵੀ ਵਾਧੇ ਵਾਲਾ ਸੌਦਾ। ਪਿੱਠ ਬੁੜਾ ਵਿਖਾਓ, ਇਹਦਾ ਟਾਂਚਾ ਵਿਖਾਓ, ਉਪਰੋਂ ਸਰੀਰ ਪੂਰੀ ਜੰਮੀ ਪਲੀ ਆ, ਫੁੱਲ ਵਜਨ ਦੌੜ ਵਾਲੀ। ਸੋ 9 ਕਿਲੋ ਜਿਹੜਾ ਦੋਸਤੋ ਬੌਲਾ ਇਸ ਵਕਤ ਇਹਦੇ ਥੱਲੇ ਹਾਜ਼ਰ, ਤੇ ਬਾਕੀ ਕਰਮ ਵਾਲੀ ਦੁੱਧ ਸੋਹਣਾ ਚਵਾ ਦੂਗੀ। ਜੇ 9 ਕਿਲੋ ਬੌਲਾ ਹੈ ਤੇ ਬੌਲੇ ਦੀ ਜਿਹੜੀ ਸਟਾਰਟਿੰਗ ਚੰਗੀ ਆ, ਬਾਕੀ ਵੇਖੋ ਤੁਸੀਂ ਵਜਨ ਵਜੂਦ ਵੇਖੋ ਕਰਮ ਵਾਲੀ ਦਾ। ਸੋ ਬਣਤਰ ਵੇਖੋ ਬਹੁਤ ਸੋਹਣੀ, ਪੂਰੀ ਗੋਲ ਗੁਲਾਈ ਦੇ ਵਿੱਚ, ਚੌੜਾ ਪਿੱਠ ਪੂਰਾ, ਲੰਬੀ ਲੂੰਬੀ ਵੀ ਬਹੁਤ ਵਧੀਆ, ਕੱਦ ਵੀ ਸੋਹਣਾ। ਸੰਧੂ ਸਾਹਿਬ ਫਿਰ ਦੁਬਾਰਾ ਆਪਾਂ ਗੱਲ ਰਿਪੀਟ ਕਰ ਦਿੰਦੇ, ਚਵਾਈ ਤੋਂ ਕੋਈ ਮੈਂ ਨਾ ਮਾੜੀ ਹੋਊਗੀ ਆਪਣੀ। ਠੀਕ ਆ ਜੀ, ਬਾਕੀ ਵੱਡੀਆਂ ਛੋਟੀਆਂ ਵੀਡੀਓ 4 ਵਾਰੀ ਵੇਖ ਲੈਣ, 5 ਵਾਰੀ ਵੇਖ ਲੈਣ, ਫਿਰ ਸਾਈ ਪਾਉਣਾ ਹੌਸਲੇ ਨਾਲ, ਕੋਈ ਆਪਾਂ ਨੂੰ ਕਾਲੀ ਨਹੀਂ ਹੁੰਦੀ। ਠੀਕ ਆ ਜੀ, ਇਹ ਨਹੀਂ ਵੀ ਆਪਾਂ ਦਾਦਾ ਵੀਡੀਓ ਵੇਖੀ ਤਾਂ ਆਪਣੀ ਸਾਈ ਪਾਓ, ਕੋਈ ਆਪਾਂ ਨੂੰ ਕਾਲੀ ਨਹੀਂ। ਠੀਕ ਆ ਜੀ, ਬਿਲਕੁਲ ਹਾਂ, ਤੁਸੀਂ ਫੱਬਦੀ ਆ ਜਿੱਡੀ ਵੀ ਮੱਝ ਤੁਸੀਂ ਵੇਖੋਗੇ, ਵੈਸੇ ਚਾਰਾਂ ਪਾਸਿਆਂ ਤੋਂ ਚੌਂ ਬੰਨਿਆਂ ਤੋਂ ਜਿਹੜੀ ਆ
ਪ੍ਰੋਪਰ ਪੂਰੀ ਆ, ਠੀਕ ਆ ਜੀ, ਕਿਸੇ ਪਾਸੇ ਨੂੰ ਖੁੱਜੀ ਗਰਮ ਵਾਲੀ, ਤੇ ਚੋਣ ਜਾਣ ਵੀ ਇੱਕ ਨੰਬਰ ਆ। ਕੋਈ ਪਸ਼ੂ ਆ ਇਹਦੀ ਗੱਲ ਨਹੀਂ ਕਰਦੇ, ਕੋਈ ਪਸ਼ੂ ਵੀ ਜਿਹੜਾ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ, ਚੋਣ ਤੋਂ ਚੋਣ ਤੋਂ ਮਾੜਾ ਨਿਕਲੇ 2000 ਦਾ ਤੇਲ, ਮੱਚੇ 1000 ਦਾ, ਮੱਚੇ ਪਿਛਲੀ ਵਾਰ ਵੀ ਇੱਕ ਗੱਲ ਕਹੀ, ਉਹ ਆਪਾਂ ਦੇਣਦਾਰ, ਉਹ ਤੁਸੀਂ ਤੁਹਾਨੂੰ ਹੁਣ ਲਾ ਕੇ ਕਹਿ ਸਕਦਾ ਯਾਰ ਮੈਂ ਗਲਤ ਨਿਕਲੀ ਸਾਡਾ ਤੇਲ ਮੱਚਿਆ। ਠੀਕ ਹੈ, ਇਹ ਵੀ ਸਿਆਣੀ ਗੱਲ ਆ। ਹਾਂ ਠੀਕ ਆ ਜੀ, ਕਿਉਂ? ਹਾਂ ਬਿਲਕੁਲ ਜੀ। ਹਾਂ, ਇਹ ਨਹੀਂ ਵੀ ਕਹਿਤਾ ਉਹ ਬੰਦੇ ਉਦੋਂ ਪਿਛਲੀ ਵਾਰੀ ਨੀਲੀ ਰਾਵੀ ਦੀ, ਮੈਂ ਵੀਰ ਕਹਿ ਕੇ ਵੀ ਛੋਟੀ, ਚਲੋ ਕੋਈ ਗੱਲ ਨਹੀਂ, ਉਹਨਾਂ ਦਾ ਵੀ ਧੰਨਵਾਦ। ਮੈਂ ਕਿਹਾ ਵੀਰ ਉਹਨਾਂ ਚੋ ਕੇ ਪਾਸ ਕੀਤੀਆਂ ਤੇ ਪਾਸ ਹੈ ਮੈਂ, ਤੇ ਮੈਂ ਕਿਹਾ ਆਂਦੇ ਮੈਂ ਛੋਟੀ ਹਾਂ। ਮੈਂ ਕਿਹਾ ਕੋਈ ਗੱਲ ਨਹੀਂ ਵੀਰ, ਰਹਿੰਦੇ ਛੋਟੀ। ਆਂਦੇ ਤੇਰਾ ਕੋਈ ਗੁਨਾਹ ਨਹੀਂਗਾ। ਮੈਂ ਕਿਹਾ ਜੇ ਮੇਰੀ ਮੈਂ ਚੋਣ ਗਲਤ ਤੇ ਲਓ ਮੈਥੋਂ ਪੈਸੇ। ਆਂਦੇ ਨਹੀਂ ਚੋਣ ਪਾਸ। ਠੀਕ ਆ ਜੀ ਸੁਣ ਸਾਹਿਬ, ਬਸ ਹੁਣ ਵੱਡੀਆਂ ਛੋਟੀਆਂ ਆਉਂਦੀਆਂ ਵੇਖ ਲਈ। ਠੀਕ ਹੈ ਜੀ, ਲਓ ਦੋਸਤੋ ਵੱਡੀ ਛੋਟੀ ਆਪਾਂ ਨਾਲ ਹੀ ਜ਼ਿਕਰ ਕਰੀ ਜਾਂਦੇ ਪਏ ਆ, ਤੇ ਆਹ ਕੱਦ ਘੱਟ ਤੁਹਾਨੂੰ ਜਿਹੜੇ ਪਹਿਲੇ ਦੂਜੇ ਤੀਜੇ ਨੰਬਰ ਵਾਲੀਆਂ ਝੂਠੀਆਂ ਦਿਖਾਈਆਂ, ਇਹ ਵੀ ਚੰਗੀਆਂ ਨੇ, ਮੀਡੀਅਮ ਹਾਈਟ ਤੋਂ ਥੋੜੀਆਂ ਪਲੱਸ ਹੀ ਆ, ਤੇ ਇਹ ਵੀ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਮੰਨ ਸਕਦੇ ਜੀ। ਇੱਕ ਜਿਹੜੀ ਤੁਹਾਨੂੰ ਪੰਜਵੇਂ ਨੰਬਰ ਤੇ ਆਪਾਂ ਅੱਗੇ ਬਾਅਦ ਚ ਦਿਖਾਵਾਂਗੇ, ਸੰਧੂ ਸਾਹਿਬ ਇਹਦਾ ਮੁੱਲ ਉਹ ਪੂਰੇ ਵੱਡੇ ਕੱਦ ਘੱਟ ਵਾਲੀ ਆ, ਤੇ ਸੋਨੂੰ ਇਹਦਾ ਹੁਣ ਮੁੱਲ ਦੱਸ ਦੇ ਵੀਰੇ ਜਿਹੜੀ ਆਪਾਂ ਦਿਖਾਈ ਆ। ਸੰਧੂ ਸਾਹਿਬ ਮੁੱਲ ਤਾਂ ਭਾਵੇਂ 1-15 ਇੱਕ ਦਾ, ਤੁਸੀਂ ਦੱਸੋ ਕਿੰਨੇ ਦੀ ਜੀ ਜੀ? ਇਹ ਤਾਂ ਕਰਦੇ ਆਪੇ ਮਾਨਤਨ ਕਰਦੇ, ਮਾਨਤਨ ਹੋਰ ਵੀ ਕਿਸੇ ਭੈਣ ਭਰਾ ਦਾ ਹੋ ਜਾਏਗਾ। ਇੱਕ ਵਾਰੀ ਧਿਆਨ ਕੇ ਆਪਦੀ ਚੋਵੋ ਵੇਖੋ, ਅੱਖੀ ਵੇਖੋ, ਠੀਕ ਹੈ, ਬਹੁਤ ਵਧੀਆ ਚੰਗੀ ਝੋਟੀ, ਤੇ ਮਗਰ ਨੀਲੀ ਰਾਵੀ ਦੀ ਕੱਟੀ ਆ, ਤੇ ਕੱਟੀ ਵੀ ਤੁਹਾਨੂੰ ਦਿਖਾਤੀ ਆ, ਨਾੜੂਆ ਬੱਚੇ ਦੇ ਨਾਲ ਬਹੁਤ ਫੱਬਦੀ ਆ, ਕੋਈ ਵੀਰ ਛੱਡ ਕੇ ਨਹੀਂ ਜਾਂਦਾ ਇਹ ਮੱਝ। ਚੰਗਾ ਦੁੱਧ ਚਵਾ ਦੂਗੀ, 9 ਕਿਲੋ ਬੋਲਾ। ਇੱਕ ਛਿੱਗੀ ਮੂੰਹ ਸੰਧੂ ਸਾਹਿਬ ਜੀ, ਸਾਰੀਆਂ 2 ਫੁੱਟ ਉੱਚੀ ਆ ਜੀ। ਲਓ ਦੋਸਤੋ ਇਹ ਆਪਾਂ ਕਹਿ ਸਕਦੇ ਆ ਵੀ ਫੁੱਲ ਵੱਡੇ ਕੱਦ ਬੋਤ ਵਾਲੀ ਆ, ਠੀਕ ਹੈ, ਵੱਡੇ ਕੱਦ ਕਾਠੀ ਵਾਲੀ ਆ। ਛਿੱਗੀ ਆ ਮੂੰਹ, ਦੂਜਾ ਸੂਆ ਗੱਭਣ ਤੇ ਸੂਈ ਸੂਈ ਆ ਸੰਧੂ ਸਾਹਿਬ। ਦੁੱਧ ਸਹੀ ਇਹਦੇ ਥੱਲੇ 11 ਕਿਲੋ, ਪਰ ਆਪਾਂ 10 ਚਵਾਉਣਾ, ਕਿਲੋ ਖੰਡ ਦਾ ਘੱਟ ਕਰੀਏ, ਕਿਉਂਕਿ ਭੈਣ ਭਰਾ ਤਸੱਲੀ ਕਰਾਉਣੀ ਆ ਇਹਦਾਂ ਜੀ। ਠੀਕ ਆ ਜੀ, 10 ਕਿਲੋ ਚਵਾਉਣਾ, ਭਾਵੇਂ 3 ਟਾਈਮ ਚੋਲੇ ਤੇ ਭਾਵੇਂ ਚੋਲੇ 2 ਟਾਈਮ, ਜਦੋਂ ਗੇਟੋਂ ਬਾਹਰ ਹੋ ਗਏ ਅਗਲੇ ਜੀ। ਸਹੀ ਆ, ਠੀਕ ਆ ਜੀ, ਬਿਲਕੁਲ ਜੀ, ਬਿਲਕੁਲ। ਪਰਮਾਨੈਂਟਲੀ ਗਰੰਟੀ ਨਹੀਂ ਹੁੰਦੀ ਪਸ਼ੂ ਦੀ, ਇੱਥੇ ਤੁਸੀਂ ਤਸੱਲੀ 1 ਵਾਰ ਕਰੋ, 1000 ਵਾਰ ਕਰੋ, ਜੇ ਨਹੀਂ ਚੰਗੀ ਲੱਗਦੀ ਕੋਈ ਗੱਲ ਨੀ ਵੀਰ, ਕਹੋ ਸਾਈ ਦਿਓ ਸਾਡੀ। ਠੀਕ ਹੈ, ਜੇ ਸਾਈ ਨਾ ਮੋੜੀਓ ਫਿਰ ਕੋਈ ਚੁਰਿਆ ਨਾ ਕਰੋ ਮੇਰਾ ਵੀਰ, ਪਸ਼ੂ ਨਹੀਂ ਫਿੱਟ ਪੈਂਦਾ ਇੱਥੇ ਆ ਕੇ ਵਿਖਾਉਣ ਦੇ ਵਿੱਚ ਜਾਂ ਦੱਸਣ ਦੇ ਵਿੱਚ ਜਾਂ ਤੁਹਾਡੀ ਤਸੱਲੀ ਦੇ ਵਿੱਚ, ਜ਼ਮੀਨ ਸਮਾਨ ਦਾ ਫਰਕ ਨਿਕਲਦਾ, ਤੇ ਉਸੇ ਟਾਈਮ ਤੁਸੀਂ ਆਪਦਾ ਸਾਈ ਬੇਨਾ ਵਾਪਸ ਲੈ ਲਿਆ ਕਰੋ। ਠੀਕ ਆ ਜੀ, ਹੋਰ ਪਸ਼ੂ ਵੀ ਖੜੇ ਆ, ਉਹਨਾਂ 'ਚੋਂ ਕੋਈ ਆਪਦਾ ਸਿਲੈਕਟ ਕਰ ਲਿਆ ਕਰੋ। ਬਾਕੀ ਕੱਦ ਬੋਤ ਵੇਖੋ ਤੁਸੀਂ, ਝੋਟੀ ਦਾ ਮੂੰਹ 6 ਦੰਦ, ਫੁੱਲ ਵੱਡੀ ਹਾਈਟ ਲੈਂਥ, ਇੱਕ ਘੋੜੀਆਂ ਵਰਗੀ ਜਿਹੜੀ 200 ਝੋਟੀ ਆ, ਫੁੱਲ ਵੱਡੀ ਹਾਈਟ ਲੈਂਥ। ਤੁਹਾਨੂੰ ਇਹਨੂੰ ਦਿਨ ਕਿੰਨੇ ਆ ਵੀਰ ਸੂਈ ਨੂੰ? 10 ਦਿਨ ਹੋ ਗਏ। 10 ਕਿਤੇ ਹੋ ਗਏ ਜੀ, ਲਓ ਜੀ। ਮਗਰ ਬੱਚਾ ਕੀ ਸੀ ਤੇ? ਕੱਟਾ ਸੁਣ ਸੋ, ਟੋਕਣਾ ਸੁੱਤਾ ਪਿਆ ਪਰਲਾ ਕਾਲਾ। ਠੀਕ ਹੈ ਜੀ, ਆ ਦੋਸਤੋ ਕੱਟਾ ਆਇਆ, ਮਗਰ ਕੱਟਾ ਵੀ ਤੁਹਾਨੂੰ ਆਪਾਂ ਦਿਖਾਵਾਂਗੇ, ਤੇ 11 ਕੁ ਕਿਲੋ ਇਸ ਝੋਟੀ ਦੇ ਥੱਲੇ ਦੋਸਤੋ ਹੁਣ ਕੋਈ ਵੀਰ ਦੁੱਧ ਮੰਨ ਸਕਦਾ। ਠੀਕ ਆ ਜੀ, ਬਾਕੀ ਕੱਦ ਬੋਤ ਮੈਂ ਪਹਿਲਾਂ ਵੀ ਜ਼ਿਕਰ ਕਰਤਾ, ਕੱਦ ਬੋਤ ਵਾਲੇ ਦੋਸਤੋ ਕੋਈ ਉਲਾਂਬੇ ਵਾਲੀ ਗੱਲ ਨਹੀਂ, ਫੁੱਲ ਵੱਡੇ ਕੱਦ ਵਾਲੀ ਆ। ਕੋਈ ਇੱਥੇ ਆਣ ਕੇ ਵੀਰ ਇਹ ਨਹੀਂ ਕਹਿੰਦਾ ਵੀ ਯਾਰ ਦਸੀ ਵੱਡੀ ਆ ਤੇ ਨਿਕਲੀ ਛੋਟੀ ਆ, ਠੀਕ ਆ। ਸੋ ਮੀਡੀਅਮ ਨੂੰ ਮੀਡੀਅਮ ਆਖਿਆ ਜਾਂਦਾ, ਤੇ ਜਿਹੜੀ ਫੁੱਲ ਵੱਡੀ ਆ ਉਹਨੂੰ ਵੱਡੀ ਕਹਿਆ ਕਹਾਂਗੇ। ਇੱਧਰੋਂ ਆਪਾਂ ਤੁਹਾਨੂੰ ਥਾਣ ਦਿਖਾਈਏ ਇੱਕ ਵਾਰੀ, ਜਵਾਹ ਸੰਧੂ ਸਾਹਿਬ 1 ਨੰਬਰ ਹੈ। ਠੀਕ ਹੈ ਜੀ, ਠੀਕ ਹੈ ਜੀ, ਹਾਂ ਠੀਕ ਹੈ ਜੀ। ਲਓ ਦੋਸਤੋ ਚੰਗਾ, ਬਿਲਕੁਲ ਚੰਗੇ ਮਿਲਕ ਤੇ ਚੱਲ ਰਹੀ ਆ, ਅੱਗੇ ਕੋਈ ਚੰਗੀ ਸਾਂਭ ਲੂਗਾ ਵੀਰ, ਦੋ ਤੋਂ ਦੋਸਤੋ ਹੋਰ ਵੀ ਸੋਹਣਾ ਚਵਾ ਦੂਗੀ। ਤੇ ਸੋਨੂੰ ਵੀਰ ਕਿੰਨੇ ਕੁ ਦੀ? ਹਾਂ ਨਾ ਸੁਣ ਲਓ, 1-10 1-5 ਕਿੰਨਾ ਮਰਜ਼ੀ, 95 ਦੀ ਦੇਣੀ ਹੈ, 95 ਦੀ, ਹਾਂ ਛੋਟ ਕਰਨੀ 95 ਚ। ਠੀਕ ਹੈ ਜੀ, ਹਾਂਜੀ। ਲਓ ਵੀ ਭਰਾਵੋ 95,000 ਦੀ ਇਹ ਝੋਟੀ,
ਮੂੰਹੋਂ ਛੇਦੰਦ, ਦੂਜਾ ਸੂਆ ਛੋਟੀ ਸਿੰਗੀ, ਠੀਕ ਹੈ ਜੀ। ਇਹ ਤੁਹਾਨੂੰ ਮਿਲ ਜੂਗੀ 95,000 ਦੀ। ਬਾਕੀ ਆਹ ਫੇਸ ਕੁਆਲਿਟੀ ਤੋਂ ਬੱਚਾ ਦੇ ਮਗਰ ਕੱਟਾ ਮਿਲ ਗਿਆ, ਆਪਾਂ ਤੁਹਾਨੂੰ ਦਿਖਾ ਦਈਏ, ਪੂਰੀ ਬਾਅਦ ਵਿੱਚ ਆ ਜਾਂਦੇ। ਕੋਈ ਗੱਲ ਨਹੀਂ, ਬਹਾਲ ਆ ਲਓ ਜੀ। ਆ ਚਿੱਟੇ ਮੱਥੇ ਵਾਲਾ ਪਰਲੇ ਵਾਲਾ ਜੀ, ਪਰਲਾ ਕਾਲਾ? ਅੱਛਾ ਅੱਛਾ, ਲਓ ਜੀ ਆ ਕਾਲਾ ਜਿਹੜਾ ਦੋਸਤੋ, ਇਹ ਬੱਚਾ ਇਹਦਾ, ਠੀਕ ਆ। ਤੇ ਬਾਕੀ ਸੂਆ ਤੁਹਾਨੂੰ ਦੱਸਤਾ ਦੋਸਤੋ, ਟਾਈਮਿੰਗ ਦੱਸਤੀ ਕਦੋਂ ਦੀ ਸੂਈ ਹੈ ਦੁੱਧ ਦਾ, ਹੁਣ ਜਿੰਨਾ ਬਿਲਕੁਲ ਇਹਦੇ ਥੱਲੇ ਕਪੈਸਿਟੀ ਉਹ ਦੱਸਤੀ ਹੈ ਸੋਨੂੰ ਬਾਈ। ਅੱਗੇ ਆਪਣੇ ਕੋਲ ਆ ਗਈ ਮੱਝ ਨੀਲੀ ਰਾਵੀ ਸੰਧ ਸਾਹਿਬ, ਦੁੱਧ 12 ਕਿਲੋ, 12 ਕਿਲੋ ਦੁੱਧ, ਹੋਰ 12 ਕਿਲੋ ਤੋਂ ਪਰ 11 ਕਿਲੋ ਚਵਾ ਕੇ ਦਿਆਂਗੇ, ਠੀਕ ਹੈ ਜੀ। ਹਾਂ ਬੱਚਾ ਮਗਰ ਕੱਟਾ ਜੀ, ਉਹ ਨੀਲੀ ਰਾਵੀ ਦਾ, ਨੀਲੀ ਰਾਵੀ ਦਾ ਨਾਲ ਹੀ ਬੱਚਾ, ਉਹ ਇਹਦਾ ਕੱਟਾ ਜੀ। ਹਾਂਜੀ ਇਹਦਾ ਬੱਚਾ। ਅੱਛਾ, ਕਿੰਨੇ ਦਿਨਾਂ ਦੀ ਸੂਈ ਦੱਸਿਆ? 10 ਦਿਨ ਹੋ ਗਏ ਸੰਧ ਸਾਹਿਬ ਮੈਨੂੰ। 10 ਦਿਨ ਤੇ 12 ਕਿਲੋ ਦੁੱਧ? ਹਾਂ 12, ਪਰ ਆਪਣੀ ਗਰੰਟੀ 11 ਕਿਲੋ ਦੀ ਫੁੱਲ, ਠੀਕ ਹੈ ਜੀ। ਚਵਾਈ 1 ਨੰਬਰ ਜੀ, ਭੂਰ ਛੱਟਾ ਹੋਵੇ ਆਪਾਂ ਜ਼ਿੰਮੇਵਾਰ, ਠੀਕ ਹੈ ਜੀ। ਹਾਂਜੀ ਦੱਸੋ, ਮੱਝ ਤੁਸੀਂ ਵੇਖੋ, ਚੌੜਾ ਪਿੱਠ ਪੂੜਾ, ਥੱਬਿਆਂ ਦੇ ਥੱਬੇ ਦੋਸਤੋ, ਉੱਪਰੋਂ ਆ ਤੇ ਥੱਲੇ ਆ, ਠੀਕ ਆ। ਤੇ 12 ਕਿਲੋ ਤੇ 11 ਕਿਲੋ ਦੀ ਮੇਰਾ ਵੀਰ ਤਸੱਲੀ ਦਾ ਤੁਸੀਂ ਖਰੀਦਦਾਰੀ ਕਰ ਲਿਓ, ਮਗਰ ਕੱਟਾ ਤੇ ਸੂਆ ਕੋਈ ਆਪਦੀ ਸਮਝ ਨਾ, ਕੋਈ ਤੀਜਾ ਮੰਨ ਲੇ, ਕੋਈ ਚੌਥਾ ਕਿਸੇ ਭਰਾ ਦੀ ਸਮਝ ਅੱਗੇ ਚੌਥਾ ਮੰਨ ਲੇ, ਠੀਕ ਆ ਜੀ। ਆਹ ਦੇਖੋ ਫੇਸ ਕੁਆਲਿਟੀ, ਤੇ ਪੂਰੀ ਮਜ਼ਬੂਤ ਆ, ਪੂਰੀ ਰਾਜੀ ਫੁੱਲ ਵਜਨ ਵੱਟੇ ਵਾਲੀ ਆ। ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਂਦੇ ਹਾਂ ਦੋਸਤੋ, ਜਿੰਨੀ ਅੱਗੇ ਆ ਕਰਮਾਂ ਵਾਲੀ ਉੱਨੀ ਪਿੱਛੇ, ਭਵਾਨਾ ਦੇ ਬਾਅਦ ਦੱਸਦਾ ਪਸ਼ੂ ਜਿਹੜਾ ਦੋਸਤੋ 11-12 ਵਾਲਾ। ਹਾਂ ਬਾਬਾ ਜੀ ਲੈ ਮੱਝ ਮਾੜੀ ਜੀ, ਚੱਲ ਠੀਕ। ਫੁੱਲ ਹੈਵੀ, ਪੂਰੀ ਭਾਰੀ ਆ ਦੋਸਤੋ, ਬੰਟਰ ਵਾਈਜ਼ ਵੇਖੋ ਤੁਸੀਂ, ਪੂਰੀ ਵਜਨਦਾਰ ਆ, ਫੁੱਲ ਵਜਨ ਲੋਡ ਦੇ ਵਿੱਚ। ਤੋਂ ਥੱਲੇ ਦੇ ਵੇ ਦੀ ਬੜੀ ਸਾਫ ਸੁਥਰੀ ਆ, 4 ਥਾਣਾ ਦੋਸਤੋ, 4 ਥਾਣ ਲੰਬਾਈ ਦੇ ਵਿੱਚ ਇੱਕੋ ਜੇ। ਦੁੱਧ ਵੀ ਚੰਗਾ ਕਰਮਾਂ ਵਾਲੀ ਹੁਣ ਸਟਾਰਟਿੰਗ ਆ, ਮੈਂ ਦੱਸਾਂ ਕਿ ਦਿਨਾਂ ਦੀ ਸੂਈ ਆ, ਕੋਈ 11-12 ਲੀਟਰ ਤੇ ਜਿਹੜੀ ਹੁਣ ਚੱਲ ਰਹੀ ਆ। ਪਰ 11 ਕਿਲੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ 11 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ। ਭਾਂਡਾ ਭੂੰਡਾ ਬਹੁਤ ਜ਼ਿਆਦਾ ਵਿਖਾਲਾ ਤੁਸੀਂ ਵੇਖੋ ਤਕਰੀਬਨ, ਠੀਕ ਆ ਜੀ। ਠੀਕ ਹੈ ਸੋਨੂੰ ਵੀਰੇ, ਇਹ ਮੱਝ ਕਿੰਨੇ ਦੀ ਦੇਣੀ ਆ? ਸੰਧ ਸਾਹਿਬ ਮੁੱਲ 1-10, 1-5 ਜੋ ਮਰਜ਼ੀ, ਲੱਖ ਚੋਂ 2000 ਰੁਪਇਆ ਛੱਡਣਾ। 90 ਹਜ਼ਾਰ ਦੀ ਦੇਣੀ ਹੈ ਜੀ। ਠੀਕ ਹੈ ਜੀ, ਜਾਇਜ਼ ਕਿ ਨਹੀਂ ਜਾਇਜ਼ ਜੀ? ਉਹ ਠੀਕ ਹੈ ਜੀ, ਕੱਦ ਵਜਨ ਪਲੀ ਵੇਖ ਲਓ ਮੈਂ, ਬਿਲਕੁਲ ਚਵਾਈ 1 ਨੰਬਰ ਆਈ, ਬਿਲਕੁਲ ਜੀ। ਤਾਂ ਦੋਸਤੋ ਦੁੱਧ ਅਕੋਰਡਿੰਗਲੀ ਤੁਸੀਂ ਹਾਈਟ ਇਹ ਕੁੰਡ ਤਾਜ਼ਾ ਲਾ ਰਹੇ ਆਪਾਂ, 14 ਦਿਨ ਦੀ ਜਾਂ 12 ਦਿਨ ਦੀ, ਹਾਂਜੀ ਇਹ ਅਗਲੇ ਨੂੰ ਤਾਜ਼ਾ ਲਾਉਣਾ, ਠੀਕ ਹੈ ਜੀ। ਆਪਾਂ ਦੁੱਧ ਬਾਰੇ ਦੱਸਣਾ ਹੀ ਨਹੀਂ ਕਿਸੇ ਬਾਰੇ, ਇਹਨਾਂ ਕਿੰਨਾ ਦੇਣਾ ਹੈ। ਲਓ ਜੀ ਦੋਸਤੋ, ਦੁੱਧ ਦੋਸਤੋ ਕਿਸੇ ਦਾ ਨਹੀਂ ਦੱਸਿਆ ਜਾਂਦਾ, 18 ਦੂਗੀ 15 ਦੂ 14 ਦੂ, ਜੋ ਮੌਕੇ ਤੇ ਆ ਉਹ ਚੋਗੇ ਤਸੱਲੀ ਕਰੋ, ਹਾਂਜੀ, ਕਿਉਂਕਿ ਪੈਸੇ ਤੁਸੀਂ ਮੌਕੇ ਤੇ ਜਿਹੜੇ ਦੁੱਧ ਚੋਏ ਦੇ ਉਹਦੇ ਦੇਣੇ ਆ, ਹਾਂਜੀ ਉਹਦੇ ਦੇਣੇ। ਤੇ ਸੋਨੂੰ ਵੀਰ ਅੱਗੇ ਆਪਾਂ ਚੱਲਦੇ ਹਾਂ, ਗੱਬਣਾ ਤੀਜਾ ਸੂਆ, ਇਹ ਗੱਬਣਾ, ਹਾਂਜੀ ਅੱਜ ਸੂਪੇ ਕੱਲ ਸੂਪੇ ਮੈਂ, ਠੀਕ ਹੈ ਜੀ। ਹਾਂਜੀ ਤਾਂ ਦੋਸਤੋ ਅੱਗੇ ਗੱਬਣ ਨਾਗ ਆ ਗਿਆ, 7ਵੇਂ ਨੰਬਰ ਤੇ ਆ, ਫੁੱਲ ਹੈਵੀ ਆ, ਪੂਰੇ ਵੇਟ ਵਜਨ ਵਾਲੀ ਆ, ਆਹ ਫੇਸ ਕੁਆਲਿਟੀ ਆ, ਠੀਕ ਆ ਜੀ। ਸਿੰਗ ਸੁੰਗ ਬਿਲਕੁਲ ਮੱਥੇ ਦੇ ਉੱਪਰ ਟੱਚ ਕਰਦਾ ਪਿਆ ਗੁਲਾਈ ਦੇ ਵਿੱਚ ਘੁੰਮ ਕੇ, ਤੇ ਵਜਨ ਲੋੜ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾ ਦਿੰਦੇ ਆ। 8 ਲੈ ਜੇ ਦੋਸਤੋ, 7 ਲੈ ਜੇ ਸੂਆ, 3ਜਾ ਕੋਈ ਚੌਥਾ ਵੀ ਸਮਝ ਨਾਲ ਭਰਾ ਕੇ ਮੰਨ ਲੇ, ਕਿਉਂਕਿ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ, ਕਿਸੇ ਨੇ 3ਜੇ ਸਮਝਣੀ ਆ, ਠੀਕ ਆ ਜੀ। ਤੇ ਹਾਈਟ ਮੀਡੀਅਮ, ਵੇਲਵੂਲ ਸਪੈਸ਼ਲ ਆ, ਲੰਬੀ ਵਾਧੂ ਆ ਦੋਸਤੋ, ਲੰਬਾਈ ਦੇ ਵਿੱਚ ਕਾਫੀ ਆ, ਵਜਨ ਲੋੜ ਦੇ ਵਿੱਚ ਪੂਰੀ ਆ, ਠੀਕ ਆ ਜੀ। ਤੋਂ ਬਾਡੀ ਸਟਰਕਚਰ ਜਿਹੜਾ ਤੁਸੀਂ ਇਸ ਮੱਝ ਦਾ ਚੈੱਕ ਕਰ ਲਓ, ਪੂਰੀ ਭਾਰੀ ਆ, ਕਰਮਾਂ ਵਾਲੀ ਗੁੰਦੀ ਪਈ ਆ ਸਾਰੇ ਪਾਸਿਆਂ, ਪੂਰੀ ਗੋਲ ਆ। ਹਜੇ 7-8 ਦੋਸਤੋ, 1 ਹਫ਼ਤਾ ਹਜੇ ਸਮਾਂ ਕੱਢਦੀ ਆ, ਠੀਕ ਆ ਜੀ। ਤੋਂ ਇਹ ਗੱਬਣ ਨਾਗ ਆ ਨੰਬਰ ਦੋਸਤੋ, 7ਵਾਂ ਨੰਬਰ ਆ, ਵੇਰਵਾ ਨਾਲ ਦੀ ਨਾਲ ਪਾ ਦਿੰਦੇ ਆਪਾਂ, ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਇਸ ਗੱਬਣ ਮੱਝ ਦੇ ਬਾਰੇ ਵੀ ਡਿਟੇਲ ਲੈ ਸਕਦੇ, ਜੇ ਕੋਈ ਬਾਤਚੀਤ ਕਰਨੀ ਕਿਸੇ ਵੀਰ ਨੇ ਸੌਦੇ ਬਾਰੇ ਉਹ ਗੱਲ ਕਰ ਲਿਓ, ਠੀਕ ਆ। ਤੇ ਬਾਕੀ ਸੋਨੂੰ ਵੀਰੇ, ਭਾਰ ਪਿੱਛੇ ਕੋਈ ਥਣਾ ਦੀ ਤਪਾਈ ਤੁਸੀਂ ਜੋ ਕਿ ਸਭ ਉਹ ਆਪਣੀ ਗਰੰਟੀ ਫੁੱਲ ਹੈ ਜੀ, ਠੀਕ ਹੈ ਵੀਰੇ। ਹਾਂਜੀ ਤੇ ਇਹ ਆਪਾਂ ਕਿੰਨੇ ਦੀ ਦੇ ਦੇਣੀ? ਇਹਦਾ ਮੁੱਲ 85, ਜੋ ਮਰਜ਼ੀ 90 ਜੀ, 90 ਦੀ।
90 ਜੋ ਮਰਜ਼ੀ ਮੁੱਲ 2 ਘੱਟ 80 ਦੀ ਦੇਣੀ 78000 ਰੁਪਏ 78 ਦੀ ਹਾਂਜੀ ਲਓ ਜੀ 78000 ਦੀ ਮਿਲੂਗੀ ਦੋਸਤੋ ਠੀਕ ਹੈ ਡਿਮਾਂਡ ਕੁਛ ਵੀ ਹੋਵੇ 90 ਹੋਵੇ 85 ਹੋਵੇ 80 ਹੋਵੇ 78000 ਦੀ ਇਹ ਮਿਲ ਜੂਗੀ ਹਾਂ ਨਾ ਜਿਹੜੀ ਬਾਕੀ ਤੁਸੀਂ ਆਪ ਦੇਖ ਲਓ ਠੀਕ ਆ ਫੁੱਲ ਵਜਣ ਪੂਰੇ ਲੋਡ ਵਾਲੀ ਆ ਤੋਂ ਥਣ ਦੇਵਾ ਜਿਹੜਾ ਆ ਦੇਖ ਲਓ ਸੰਧ ਸਾਹਿਬ ਇਹ ਗੱਬਣ ਇਹਦਾ ਵੀ ਦੁੱਧ ਨਹੀਂ ਦੱਸਣਾ ਮੈਨੂੰ ਕਿੰਨਾ ਦੇਣਾ ਹਾਂਜੀ ਹਾਂਜੀ ਠੀਕ ਆ ਜੀ ਪਤਾ ਨਹੀਂ 10 ਦੇਣਾ ਕਿ 11 ਦੇਣਾ ਕਿ 8 ਦੇਣਾ ਨੇ ਠੀਕ ਆ ਜੀ ਆਪੇ ਅਗਲਾ ਅੰਦਾਜ਼ਾ ਲਵੇ ਜੀ ਠੀਕ ਆ ਜੀ ਬਿਲਕੁਲ ਠੀਕ ਆ ਅੱਛਾ ਵੀਰ ਤੁਹਾਨੂੰ ਅੱਜ ਫਿਲਹਾਲ ਆਪਣੇ ਕੋਲ ਇਹ ਪਸ਼ੂ ਸੀਗੇ ਟੋਟਲ ਸੰਧ ਸਾਹਿਬ ਆਪਣੇ ਕੋਲ 6 ਸੂਈਆਂ ਜੀ ਇੱਕ ਗੱਬਣਾ ਜੀ ਝੋਟੀਆਂ ਮੈਂ ਸਾਰੀਆਂ ਚੰਗੀਆਂ ਟੌਪ ਦੀਆਂ ਜੀ ਠੀਕ ਆ ਜੀ ਠੀਕ ਆ ਤੇ ਤੁਹਾਨੂੰ ਵੀਰ ਇੱਕ ਨੰਬਰ ਆਪਣੇ ਕਰ ਦਈਏ ਆਪਣਾ ਨੰਬਰ 98569 17707 ਪਿੰਡ ਚੋੜੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਠੀਕ ਹੈ ਹਾਂਜੀ ਨੰਬਰ ਦੂਜਾ ਨੰਬਰ 9150 16213 ਠੀਕ ਹੈ ਹਾਂਜੀ ਤਾਂ ਦੋਸਤੋ ਇਹ ਨੰਬਰ ਆ ਵੀਰ ਤੁਹਾਨੂੰ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਬਾਕੀ ਜੋ ਡਿਟੇਲ ਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਇੱਥੇ ਆਣ ਕੇ ਕਿਸੇ ਵੀਰ ਨੂੰ ਪਸੰਦ ਆਉਂਦੀ ਜਿਹੜੀ ਵੀ ਮੱਝ ਜਾਂ ਝੋਟੀ ਉਹਦੀ ਤੁਸੀਂ ਖਾਸ ਤੌਰ ਤੇ ਨਰਖ ਪਰਖ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।